ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਖੇ ਕੀਤੀ ਗਈ ਮੀਟਿੰਗ। ਅਕਾਲੀ ਦਲ ਪਾਰਟੀ ਵੱਲੋਂ ਨਾਮ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਬਣਾਏ ਗਏ ਅਬਜ਼ਰਵਰ ਗੁਲਜ਼ਾਰ ਸਿੰਘ ਰਣੀਏ ਕੇ ਵੀਰ ਸਿੰਘ ਲੋਪੋ ਕੇ ਸਮੇਤ ਜ਼ਿਲ੍ਹੇ ਗੁਰਦਾਸਪੁਰ ਨਾਲ ਸੰਬੰਧਿਤ ਸਮੁੱਚੇ ਹਲਕਾ ਇੰਚਾਰਜਾਂ ਨੇ ਸ਼ਿਰਕਤ ਕੀਤੀ। ਉੱਥੇ ਹੀ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਗੁਲਜ਼ਾਰ ਸਿੰਘ ਰਣੀਏ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਅਤੇ ਜੋ ਕਮੀਆਂ ਨੂੰ ਉਸ ਨੂੰ ਦੂਰ ਕੀਤਾ ਜਾਵੇ ਅਤੇ ਨਵੇਂ ਤੌਰ 'ਤੇ ਬਲਾਕ ਪੱਧਰ 'ਤੇ ਪਾਰਟੀ ਦਾ ਢਾਂਚਾ ਮਜ਼ਬੂਤ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਮੁੱਦਿਆਂ ਨੂੰ ਲੈ ਕੇ 7 ਅਕਤੂਬਰ ਨੂੰ ਕੱਢੇ ਜਾਣ ਵਾਲੇ ਖਾਲਸਾ ਮਾਰਚ ਲਈ ਅਕਾਲੀ ਦਲ ਪਾਰਟੀ ਵੀ ਪੂਰੀ ਤਰ੍ਹਾਂ ਸਮਰਥਨ ਕਰ ਰਹੀ ਹੈ ਅਤੇ ਉਸ ਲਈ ਅੱਜ ਮੀਟਿੰਗ 'ਚ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹੇ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿੱਚ 7 ਅਕਤੂਬਰ ਨੂੰ ਵਰਕਰ ਖਾਲਸਾ ਮਾਰਚ ਅੰਦਰ ਸ਼ਮੂਲੀਅਤ ਲਈ ਬਿਆਸ ਵਿਖੇ ਇਕੱਠੇ ਹੋਣਗੇ। ਇਸ ਦੇ ਨਾਲ ਹੀ ਗੁਲਜ਼ਾਰ ਸਿੰਘ ਰਣੀਏ ਕੇ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਦੇ ਵਿਰੋਧੀ ਸਾਜ਼ਿਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਹਨ ਅਤੇ ਉਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਅਹਿਮ ਮੁੱਦਾ ਹੈ ਜਿਸ ਲਈ ਉਹ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ। ਅੱਜ ਦੀ ਆਵਾਜ਼ ਲਈ ਬਟਾਲਾ ਤੋਂ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਇਹ ਸੀ, ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਤਾਂ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਬੀਜੇਪੀ ਨੇ ਕੀਤੀ, ਆਮ ਨੇ ਕੀਤੀ। ਜਿੰਨੀਆਂ ਪਾਰਟੀਆਂ ਨੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ, ਉਹਨਾਂ ਨੇ ਬਹੁਤ ਵੱਡੀ ਇੱਕ ਸਾਜ਼ਿਸ਼ ਜਿਹੜੀ ਉਹ ਹਰਿਆਣੇ ਦੇ ਵਿੱਚ ਦਖਲ ਦਿੱਤਾ ਖਾਮ ਖਾ, ਜਦੋਂ ਕਿ ਇਹ ਐਕਟ ਜਿਹੜਾ ਸੈਂਟਰ ਦਾ ਸਟੇਟ ਗਵਰਨਮੈਂਟ ਪਾਸ ਨਹੀਂ ਕਰ ਸਕਦੀ, ਉਸ ਵੇਲੇ ਦੇ ਮੁੱਖ ਮੰਤਰੀ ਉਹਨਾਂ ਦੇ ਵੱਡਾ ਸਾਹਮਣੇ ਪਾਸ ਕਰਕੇ ਸਿਫਾਰਿਸ਼ ਕੀਤੀ। ਉਹਦੇ ਬੇਸ 'ਤੇ ਉੱਥੇ ਕਮੇਟੀ ਦੀ ਇਹਨਾਂ ਨੇ ਵਿਖਰੀ ਉੱਥੋਂ ਕਰਵਾਈ। ਉਹਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਫੀ ਮੀਟਿੰਗਾਂ ਪ੍ਰਧਾਨ ਸਾਹਿਬ ਨੇ ਵੱਖ ਵੱਖ ਥਾਵਾਂ 'ਤੇ ਲਈਆਂ, ਔਰ ਪਿੱਛੇ ਥੋੜ੍ਹੇ ਦਿਨ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਸੱਦ ਕੇ ਉਹਨਾਂ ਫੈਸਲਾ ਲੈ ਕੇ 7 ਤਰੀਕ ਨੂੰ ਅਸੀਂ ਖਾਲਸਾ ਰੋਸ ਮਾਰਚ ਜਿਹੜਾ ਉਹ ਤਖ਼ਤ ਸਾਹਿਬਾਨਾਂ ਤੋਂ ਕੱਢਾਂਗੇ ਅਤੇ ਉਹ ਸਾਰਾ 2-3 ਜਿੰਨੇ ਨੇ ਉਹ ਇੱਥੇ ਕਾਲਤਖ਼ਤ ਸਾਹਿਬ ਕਰਾਂਗੇ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਹਿਮਾਇਤ ਵਾਸਤੇ ਪਿੱਛੇ ਖੜਾ ਹੋ ਕੇ ਉਹਨਾਂ ਦੀ ਮਿਹਨਤ ਕਰਨ ਵਾਸਤੇ ਤਿਆਰ ਹੈ। ਉਹਦੇ ਵਾਸਤੇ ਅਸੀਂ ਮੀਟਿੰਗਾਂ ਜਿਹੜੀਆਂ ਰੱਖੀਆਂ, ਇੱਕ ਤਾਂ 7 ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰੇ ਵਰਕਰ ਸਾਹਿਬਾਨ ਹਲਕੇ ਬਾਈ ਜਿਹੜੇ ਆ ਵੱਧ ਤੋਂ ਵੱਧ ਉੱਥੇ ਜਾਣ, ਉਹ ਰੋਸ ਮਾਰਚ ਸ਼ਾਮਿਲ ਹੋਣ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਆਪਣੇ ਆਪਣੇ ਸਾਧਨਾਂ ਦੇ ਗੱਡੀਆਂ ਦੇ ਕਾਰਾਂ ਦੇ, ਔਰ ਸ਼੍ਰੋਮਣੀ ਕਮੇਟੀ ਨੂੰ ਆਪਾਂ ਸਾਥ ਦੇਈਏ ਤਗੜੇ ਹੋ ਗਏ ਤਾਂ ਜੋ ਕੌਮ ਨੂੰ ਪਾੜਨ ਵਾਸਤੇ ਲੱਗੇ ਪਏ ਉਹਨਾਂ ਦੀ ਸਾਜ਼ ਜਿਹੜੀ ਉਹ ਕਾਮਯਾਬ ਨਾ ਹੋਵੇ। ਦੂਜਾ ਸਾਡਾ ਇੱਕ ਪ੍ਰੋਗਰਾਮ ਸੀ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਲੈਵਲ 'ਤੇ ਕਮੇਟੀਆਂ ਬਣਾਉਣ ਦਾ, ਅਤੇ ਜਿਹੜਾ ਗਰਾਊਂਡ ਲੈਵਲ 'ਤੇ ਜਿਹੜਾ ਪਿੰਡ ਲੈਵਲ 'ਤੇ ਪਾਈਆਂ ਦੇ ਉਹਨਾਂ ਨੂੰ ਵਾਸਤੇ ਉਹ ਨਾਲ ਬੇਨਤੀ ਕੀਤੀ ਹੈ ਵੀ ਉਹ ਆਪਾਂ ਬੂਥਾਂ ਦੇ ਪ੍ਰਧਾਨ ਜਿਹੜੇ ਬੱਬੇ ਵਾਲੇ ਸਾਹਿਬ ਸਾਰੇ ਜਾਂ ਹਲਕਾ ਇੰਚਾਰਜ ਛੋਟੇ ਗੁਰ ਸਾਹਿਬ ਨੇ ਸਾਰੇ ਮਹਿੰਤ ਸਾਹਿਬ ਵੀਰ ਸਿੰਘ ਸਾਡੀ ਡਿਊਟੀ ਇੱਥੇ ਸੇਵਾ ਲੱਗੀ ਗੁਰਦਾਸਪੁਰ, ਉਹਦੇ ਵਾਸਤੇ ਆਏ ਸੀ ਵੀ ਉਹ ਚੰਗੇ ਜਿਹੜੇ ਵਧੀਆ ਮਤਲਬ ਕੰਮ ਕਰਨ ਵਾਲੇ ਮਿਹਨਤੀ ਨੇ, ਇੱਕ ਤਾਂ ਉਹਨਾਂ ਨੂੰ ਮੌਕਾ ਮਿਲੇ ਉਹ ਮਤਲਬ ਪਾਰਟੀ ਨੂੰ ਮਜ਼ਬੂਰ ਕਰਨ ਵਾਸਤੇ ਬੂਥ ਤੋਂ ਫਿਰ ਅੱਗੇ ਜਿਹੜਾ ਸਰਕਲ ਪੱਤਾ ਨਦੀ ਉਹ ਚੋਣ ਜਿਹੜੇ ਬੂਥਾਂ ਦੇ ਪੁੱਲਾਂ ਨਦੀ ਰਾਏ ਲੈ ਕੇ ਸਾਰੀ ਉਹ ਹੋਏਗੀ, ਉਹ ਫਿਰ ਅੱਗੇ ਜ਼ਿਲ੍ਹਾ ਚੱਲੂਗਾ। ਉੱਤੋਂ ਅੱਗੇ ਫਿਰ ਜਿਹੜੀਆਂ ਟਿਕਟਾਂ ਦੀ ਵੰਡ ਉਹਨਾਂ ਬਾਰੇ ਬੋਰਡ ਵੀ ਬਣੇਗਾ, ਉਹਨਾਂ ਦੀਆਂ ਸਿਫਾਰਸ਼ਾਂ ਉੱਥੇ ਨਾਲ ਚੱਲੂਗੀਆਂ। ਲੰਮਾ ਮਤਲਬ ਸਾਰਾ ਪ੍ਰੋਗਰਾਮ ਸਾਰਾ ਉਹ ਫਿਰ ਪ੍ਰੋਸੀਜਰ ਵਾਕਈ ਹੋਊ, ਜਿਸ ਤਰ੍ਹਾਂ ਮੈਂ ਬੋਲਿਆ ਵੀ ਪਿਓ ਦੀ ਇੱਕ ਪਰਿਵਾਰ ਚ ਇੱਕ ਪਾਰਟੀ ਨੂੰ ਇਹ ਕਹਿ ਸਕਦੇ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਾਸਤੇ ਹੋਰ ਵੀ ਜਿੱਥੇ ਕੋਈ ਕਮੀਆਂ ਪੇਸ਼ੀਆਂ ਮਾੜੀਆਂ ਮੋਟੀਆਂ ਵੀ ਢਿੱਲ ਮਾਰ ਸੀ ਉਹਨੂੰ ਦੂਰ ਕਰਨ ਵਾਸਤੇ ਇਹ ਮੀਟਿੰਗਾਂ ਜਿਹੜੀਆਂ ਮਤਲਬ ਅਬਜ਼ਰਵਰਾਂ ਦੇ ਤੌਰ 'ਤੇ ਸਾਰੇ ਪ੍ਰਧਾਨ ਜੀ ਨੇ ਸਾਰੇ ਦੀਆਂ ਡਿਊਟੀਆਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਲਾਈਆਂ, ਇਸ ਕਰਕੇ ਉਹਦੀ ਮਜ਼ਬੂਤੀ ਵਾਸਤੇ ਅੱਜ ਗੁਰਦਾਸਪੁਰ ਇੱਥੇ ਮੀਟਿੰਗ ਜਿਹੜੀ ਸਾਡੀ ਸ਼ੁਰੂ ਹੋਈ ਹੈ ਅਤੇ ਤੁਸੀਂ ਦੇਖਿਆ ਕਿ ਵਰਕਰਾਂ ਨੂੰ ਸਾਹ ਆ, ਵਰਕਰਾਂ ਨੂੰ ਥੋੜ੍ਹਾ ਜਿਹਾ ਦੱਸਣ ਦੀ ਲੋੜ ਸੀ ਕਿਉਂਕਿ ਪਾਰਟੀ ਇਹ ਉਹ ਪਾਰਟੀ ਹੈ ਜਿਹੜੀ ਸ਼ਹੀਦਾਂ ਦੇ ਖੂਨ ਦੀ ਅਤੇ ਸ਼ਹੀਦਾਂ ਦੀ ਮਿੱਝ ਦੀ ਪਾਰਟੀ, ਸ਼ਹੀਦਾਂ ਦੀ ਸੋਚ ਦੀ ਪਾਰਟੀ ਜਿਹੜੀ ਉਹ ਬਣੀ, ਉਹਦੇ ਵਾਰਸ ਆਪਾਂ ਸਾਰੇ ਸਾਡੇ ਬਜ਼ੁਰਗ ਦਾਦੇ ਪੜਦਾਦੇ ਹਰ ਘਰ ਦੇ ਵਿੱਚੋਂ ਜਿਹੜੇ ਉਸ ਵੇਲੇ ਮੋਰਚਿਆਂ 'ਚ ਛੇਤੀਆਂ ਪਾਈਆਂ, ਕਿਸੇ ਨੇ ਕੁਝ ਕੀਤਾ, ਕਈਆਂ ਦੀਆਂ ਤੁਰਕੀਆਂ ਹੋਈਆਂ, ਉਹਦੇ ਵਾਰਸ ਨੇ, ਉਹ ਸਾਡੀ ਜ਼ਿੰਮੇਵਾਰੀ ਬਣਦੀ ਸਾਰਿਆਂ ਦੀ ਪੇਪਰ ਰਲ ਕੇ ਹੋਰ ਮਜ਼ਬੂਤ ਪਾਰਟੀ ਨੂੰ ਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੀ। ਥੈਂਕ ਯੂ ਸਰ।